ਮੈਂ ਚੱਲਾਂ ਮੋਟਰਸਾਈਕਲ ਲੈ ਕੇ ਕੋਈ ਕੰਮ, ਥੋੜ੍ਹਾ ਜਿਹਾ ਮੇਰਾ ਮੋਟਰਸਾਈਕਲ ਦਾ ਵੀ ਸਾਫ਼ ਸਫਾਈ ਕਰਵਾਉਣ ਵਾਲੀ ਹੈ, ਅਤੇ ਕੁਹੁੱਕ ਲਵਾ ਕੇ ਲਿਆਉਣੀ ਹੈ, ਇਹਦੇ ਕੱਖ ਕੁੱਖ ਲੈ ਕੇ ਆਇਆ ਕਰਾਂਗੇ, ਰੇਹੜੀ ਲੈ ਕੇ ਆਉਣੀ ਹੈਗੀ, ਰੇਹੜੀ ਪਾਇਆ ਕਰਾਂਗੇ, ਰੇਹ ਰੂਹ ਲੈ ਕੇ ਜਾਣਾ ਪੈਂਦਾ ਗਾ। ਅੱਜ ਗਰੈਡ ਦੇ ਵਿੱਚ ਮੇਰਾ ਤੀਜਾ ਚੌਥਾ ਗੇੜਾ ਹੈ, ਮੈਨੂੰ ਥੋੜ੍ਹਾ ਜਿਹਾ ਕੰਮ ਸੀਗਾ। ਇਹ ਆ ਗਿਆ ਧਨੌਲਾ ਸ਼ਹਿਰ, ਹੁਣ ਤਾਂ ਆਪਣਾ ਰੋਜ਼ ਵਾਂਗੂ ਗੇੜਾ ਲੱਗਦਾ ਰਹਿੰਦਾ ਧਨੌਲੇ, ਬਸ ਕੰਮ ਹੀ ਇੰਨੇ ਹੁੰਦੇ ਆ। ਲਓ ਬਈ ਆਪਾਂ ਆ ਗਏ ਸੀ ਖੇਤ, ਵੈਸੇ ਤਾਂ ਲਾਈਟ ਆਉਣੀ ਸੀਗੀ ਅੱਜ ਰਾਤ ਨੂੰ 8:30 ਵਜੇ ਪਾਇਆ ਪਿਆ ਸੀਗਾ, ਅਤੇ ਪਰ 2 ਘੰਟੇ ਹੁਣ ਸੁਨੇਹੀ ਆ ਗਈ, ਛੇਤੀ ਆ ਗਈ, 6:30 ਵਜੇ ਆ ਗਈ। ਪਹਿਲਾਂ ਤਾਂ ਆਪਾਂ ਜਿਹੜੇ ਆਹ ਪੌਦੇ ਲਾ ਕੇ ਆਏ ਸੀਗੇ ਇਹਨਾਂ ਦੇ ਵਿੱਚ ਪਾਣੀ ਪਾ ਦਈਏ, ਇੱਧਰ ਆਪਾਂ ਲਾਏ ਸੀ ਔਲੇ ਦੇ, ਇਹ 'ਚ ਵੀ ਪਾ ਦਈਏ ਪਾਣੀ, 2 ਕੁ ਦਿਨ ਹੋਇਆ ਲਾਇਆ ਇਹਨੂੰ। ਰੁੱਖ ਲਗਾਉਣ ਵਾਲੀ ਵੀਡੀਓ ਮੈਂ ਪਾਈ ਸੀਗੀ ਕੱਲ੍ਹ ਅਪਲੋਡ ਕੀਤੀ ਸੀਗੀ, ਅਤੇ ਤੁਸੀਂ ਦੇਖਿਓ ਕੱਲ੍ਹ ਵਾਲੀ ਵੀਡੀਓ ਜਾ ਕੇ, ਅਤੇ ਵੱਧ ਤੋਂ ਵੱਧ ਕਮੈਂਟ ਕਰਿਓ, ਜਿੰਨੇ ਕਮੈਂਟ ਹੋਏ ਉਨੇ ਆਪਾਂ ਰੁੱਖ ਹੋਰ ਲਾਵਾਂਗੇ ਜੀ। ਕੱਲ੍ਹ ਆਪਣੇ ਟਰਾਂਸਫਾਰਮ 'ਚ ਪ੍ਰੋਬਲਮ ਹੋ ਗਈ ਸੀ, ਅਤੇ ਉਹਦੇ ਕਰਕੇ ਕੱਲ੍ਹ ਵੀ ਨਹੀਂ ਪਾਣੀ ਲੱਗਿਆ, ਅਤੇ ਪਾਣੀ ਬਿਲਕੁਲ ਸੁੱਕਿਆ ਪਿਆ, ਆਹ ਵੇਖੋ ਪਾਣੀ ਬਿਲਕੁਲ ਸੁੱਕਿਆ ਪਿਆ ਹੈਗਾ। ਅਤੇ ਅੱਜ ਮੋਟਰ ਵਾਲੀ ਲਾਈਟ ਸਾਰੀ ਰਾਤ ਰਹੂਗੀ, ਅਤੇ ਸਵੇਰੇ ਮੈਨੂੰ ਲੱਗਦਾ 4:30 ਵਜੇ ਜਾਊਗੀ, ਅਤੇ ਉਦੋਂ ਤਾਂ ਬਸ ਸਾਰਾ ਵਾਹਣ ਭਰ ਜੂਗਾ, ਬਾਕੀ ਦੇਖਦੇ ਹਾਂ। ਵੀਡੀਓ ਤਾਂ ਬਣਾਉਣ ਲੱਗ ਗਿਆ ਸੀ, ਕਿਤੇ ਫੋਨ ਵੀ ਨਾ ਡਿੱਗ ਪਾਉਂਦਾ ਖੇਲ 'ਚ, ਜਿਹੜਾ ਪਹਿਲਾਂ ਵੀ ਹੋਈ ਸੀ ਮੇਰੇ ਨਾਲ ਇਹੀ ਕੰਮ, ਇਹੀ ਕੰਮ ਮੇਰੇ ਨਾਲ ਪਹਿਲਾਂ ਹੋ ਗਿਆ ਸੀ ਜਿਹੜਾ। ਆਹ ਪੇੜ ਨੇ ਆਪਾਂ ਨੂੰ ਬਹੁਤ ਸੁੱਖ ਦਿੱਤਾ, ਅਤੇ ਇੱਕ ਪੇੜ ਮੈਂ ਹੋਰ ਲਾ ਕੇ ਜਾਊਂਗਾ, ਦੇਖਦੇ ਹਾਂ ਕਾਹਦਾ ਲਾਈਏ, ਅਤੇ ਜਿਹਦੀ ਵਧੀਆ ਸਾਂ ਆਵੇ, ਕਿਉਂਕਿ ਇੱਥੇ ਖੜ੍ਹਨ ਨੂੰ ਬੜਾ ਕੁਛ ਹੋ ਜਾਂਦਾ।
ਕਿਉਂਕਿ ਇਹਨਾਂ ਦੇ ਵੀ ਸੈਂਕਲ ਸੂੰਕਲ ਮੋਟਰਸਾਈਕਲ ਹੋ ਜਾਂਦੇ ਨੇਗੇ, ਬਾਕੀ ਕਈ ਵਾਰ ਰੇਹੜੀ ਰੂੜੀ ਪਾ ਲਿਆਉਣੇ ਹੈਗੇ, ਉਹ ਵੀ ਖੜਾਉਣੀ ਪੈ ਜਾਂਦੀ ਹੈ। ਇੱਕ ਦੇਖਦੇ ਹਾਂਗੇ, ਜਾਂ ਤਾਂ ਆਹ ਸਾਈਡ ਇੱਥੇ ਲਾ ਲਾਂਗੇ ਜਾਂ ਉੱਧਰ ਨੂੰ ਉੱਥੋਂ ਸਹੀ ਜਿਹੀ ਕਰਕੇ ਉੱਥੇ ਲਾ ਦਾਂਗੇ, ਫਿਰ ਵਧੀਆ ਖੜ ਜਾ ਕਰੂ। ਟਾਈਮ ਤਾਂ ਲੱਗ ਜੂ ਵੱਡਾ ਹੋਣ 'ਚ, ਪਰ ਸੁੱਖ ਜ਼ਰੂਰ ਦੇਣਾ ਉਹਨੇ।